ਇਸ ਵੇਲੇ ਦੇਖ ਰਹੇ ਹੋ ਕਿ ਜਿਹੜਾ ਯੂਪੀ ਦਾ ਲਖੀਮਪੁਰ ਖੀਰੀ ਥਾਣਾ ਆ ਉੱਥੇ ਸਾਨੂੰ ਸਾਰਿਆਂ ਨੂੰ ਇਸ ਵੇਲੇ ਲਿਆ ਕੇ ਬੰਦ ਕਰ ਦਿੱਤਾ ਗਿਆ, ਕਿਉਂਕਿ ਜਿਹੜੇ ਅਸੀਂ ਆਮ ਆਦਮੀ ਪਾਰਟੀ ਦੀ ਪੂਰਾ ਡੈਲੀਗੇਸ਼ਨ, ਰਾਜੀਵ ਚੱਡਾ ਜੀ ਸਾਡੇ ਸਹਿ ਪਰਿਵਾਰੀ, ਹਰਪਾਲ ਚੀਮਾ ਜੀ ਲੀਡਰ ਆਫ ਆਪੋਜੀਸ਼ਨ, ਕੁਲਤਾਰ ਸੰਧਵਾ ਜੀ, ਅਮਰਜੀਤ ਸੰਧੂਆ ਜੀ, ਅਸੀਂ ਸਾਰੇ MLA ਜਿਹੜੇ ਕੱਲ੍ਹ ਤੋਂ ਚੱਲ ਕੇ ਪੰਜਾਬ ਤੋਂ ਜਿਹੜੇ ਅੱਜ ਸਵੇਰੇ ਲਖਨਊ ਤੋਂ ਨਿਕਲ ਕੇ ਲਖੀਮਪੁਰ ਖੀਰੀ ਉਸ ਪਰਿਵਾਰਾਂ ਦੇ ਨਾਲ, ਉਹਨਾਂ ਕਿਸਾਨ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ, ਦੁੱਖ ਵੰਡਾਉਣ ਦੇ ਲਈ, ਉਹਨਾਂ ਪਰਿਵਾਰਾਂ ਨੂੰ ਮਿਲਣ ਦੇ ਲਈ ਜਾ ਰਹੇ ਸੀਗੇ। ਜਦੋਂ ਹੀ ਅਸੀਂ ਉਹਨਾਂ ਦੇ ਪਿੰਡ ਹਜੇ ਐਂਟਰ ਕਰਨ ਵਾਲੇ ਸੀਗੇ ਤਾਂ ਪਿੱਛੋਂ ਹੀ ਸਾਨੂੰ ਜਿਹੜਾ 10-15 ਕਿਲੋਮੀਟਰ ਤੋਂ ਦੂਰੀ ਤੋਂ ਜਿਹੜਾ ਪੁਲਿਸ ਨੇ ਸਾਨੂੰ ਹਿਰਾਸਤ ਦੇ ਵਿੱਚ ਲਿਆ ਔਰ ਲਿਆ ਕੇ ਇਸ ਥਾਣੇ ਦੇ ਵਿੱਚ ਜਿਹੜਾ ਯੂਪੀ ਦਾ ਲਖੀਮਪੁਰੀ ਦਾ ਥਾਣਾ ਆ ਉੱਥੇ ਬੰਦ ਕਰ ਦਿੱਤਾ। ਅਤੇ ਇਹ ਸਾਫ਼ ਅਤੇ ਸਪਸ਼ਟ ਦਰਸਾ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਯੋਗੀ ਸਰਕਾਰ, ਯਾਨੀ ਕਿ ਮੋਦੀ ਸਰਕਾਰ, ਮੈਂ ਕਹਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਆ। ਜੇ ਸਾਡੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਬਾਰਡਰਾਂ 'ਤੇ ਬੈਠੇ ਨੇ, ਲਗਾਤਾਰ ਸੰਘਰਸ਼ ਕਰ ਰਹੇ ਨੇ, ਸਾਡੇ ਦੇਸ਼ ਦਾ ਅੰਨਦਾਤਾ ਜਿਹੜਾ ਲਗਾਤਾਰ ਆਪਣੇ ਹੱਕਾਂ ਦੇ ਲਈ ਜੂਝ ਰਿਹਾ, ਜੇ ਕਾਲੇ ਕਾਨੂੰਨ ਬਣਾ ਕੇ ਜੇ ਸਰਕਾਰਾਂ ਨੇ ਪਾਸ ਕੀਤੇ ਨੇ ਤਾਂ ਸਿੱਧਾ ਸਿੱਧਾ ਸਪਸ਼ਟ ਕਰ ਰਹੇ ਕਿ ਕਿਸ ਤਰੀਕੇ ਦਾ ਤਾਨਾਸ਼ਾਹ ਆ ਜਿਹੜਾ ਡਿਕਟੇਟਰਸ਼ਿਪ ਵਾਲਾ ਰਵੱਈਆ। ਔਰ ਇਹੀ ਨਹੀਂ, ਦੂਸਰੀ ਗੱਲ, ਜਦੋਂ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਕਿਸਾਨ ਜਿਹੜੇ ਆ ਉਹ ਧਰਨਾ ਲਗਾ ਰਹੇ ਨੇ, ਉਹ ਸੰਘਰਸ਼ ਕਰ ਰਹੇ ਨੇ, ਔਰ ਇਸ ਮੋਦੀ ਸਰਕਾਰ ਇੱਕ ਇਹਨਾਂ ਦਾ ਲਾਡਲਾ ਸਪੁੱਤਰ, ਮੋਦੀ ਸਰਕਾਰ ਦਾ ਲਾਡਲਾ ਸਪੁੱਤਰ, BJP ਦਾ ਲਾਡਲਾ ਸਪੁੱਤਰ, ਕਿਸ ਤਰੀਕੇ ਦੇ ਨਾਲ ਦਰਿੰਦਗੀ ਭਰੇ ਸਲੂਕ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਨੂੰ ਜਿਹੜਾ ਉਹ ਦਰੜ ਕੇ ਨਿਕਲ ਜਾਂਦਾ ਆ, ਉਹਨਾਂ ਦੀ ਜਾਨ ਤੱਕ ਲਈ ਜਾਂਦੀ ਆ। ਔਰ ਇੱਥੋਂ ਤੱਕ ਡਿਕਟੇਟਰਸ਼ਿਪ ਵਾਲਾ ਰਵੱਈਆ ਇਸ UP ਸਰਕਾਰ ਦਾ ਕਿ ਕਿਸੇ ਨੂੰ ਵੀ ਉੱਥੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ, ਕਿਸੇ ਨੂੰ ਵੀ ਉੱਥੇ ਮਿਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ, ਕਿਸੇ ਨੂੰ ਵੀ ਪਰਿਵਾਰ ਦਾ ਦੁੱਖ ਵੰਡਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਔਰ ਮੈਂ ਇਸ ਤੋਂ ਵੀ ਜ਼ਿਆਦਾ ਜੇ ਕਹਾਂ, ਕਿਉਂਕਿ ਔਰ ਜਿੱਥੇ ਬਣਦਾ ਸੀਗਾ ਕਿ ਸਰਕਾਰ ਨੂੰ ਉਹਨਾਂ ਪਰਿਵਾਰਾਂ ਨੂੰ ਇਨਸਾਫ਼ ਦੇਣਾ, ਔਰ ਇਨਸਾਫ਼ ਉਦੋਂ ਮਿਲੂਗਾ ਨਾ ਕਿ ਸਿਰਫ FIR ਰਜਿਸਟਰ ਕਰ ਦੇਣਾ ਇਨਸਾਫ਼ ਨਹੀਂ ਆ, ਮੁਆਵਜ਼ਾ ਦੇ ਦੇਣਾ ਇਨਸਾਫ਼ ਨਹੀਂ ਆ, ਇਨਸਾਫ਼ ਉਦੋਂ ਮਿਲੂਗਾ ਜਦੋਂ ਇਹ ਜਿਹੜੀ ਯੋਗੀ ਸਰਕਾਰ ਆ ਜਦੋਂ ਆਪਣੇ ਇਸ ਸਪੁੱਤਰ ਨੂੰ ਤੁਰੰਤ ਜਿਹੜੀ ਆ ਅਰੈਸਟ ਕਰੂਗੀ, ਇਨਸਾਫ਼ ਉਦੋਂ ਮਿਲੂਗਾ ਜਦੋਂ ਅਜੇ ਮਿਸ਼ਰਾ ਜੀ ਜਿਹੜੇ ਗ੍ਰਹਿ ਮਿਨਿਸਟਰ ਨੇ, ਜਿਨ੍ਹਾਂ ਦੇ ਕੋਲ ਸਾਰਾ ਜਿਹੜੀ ਸਾਰਾ ਜਿਹੜਾ ਉਹਨਾਂ ਦੇ ਅੰਡਰ ਚੱਲ ਰਿਹਾ ਕਿ ਜਦੋਂ ਤੱਕ ਉਹਨਾਂ ਨੂੰ ਸਸਪੈਂਸ਼ਨ ਨਹੀਂ ਹੋ ਜਾਂਦੀ, ਜਦੋਂ ਤੱਕ ਉਹਨਾਂ ਨੂੰ ਸਸਪੈਂਡ ਨਹੀਂ ਕਰ ਦਿੱਤਾ ਜਾਂਦਾ, ਜਦੋਂ ਤੱਕ ਉਹਨਾਂ ਨੂੰ ਬਰਖਾਸਤ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਉਹਨਾਂ ਪਰਿਵਾਰਾਂ ਨੂੰ ਜਿਹੜੀ ਆ ਨਹੀਂ ਰਾਹਤ ਮਿਲੂਗੀ, ਉਦੋਂ ਤੱਕ ਉਹਨਾਂ ਪਰਿਵਾਰਾਂ ਨੂੰ ਸ਼ਾਂਤੀ ਨਹੀਂ ਮਿਲੂਗੀ, ਉਦੋਂ ਤੱਕ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲੂਗਾ। ਆਮ ਆਦਮੀ ਪਾਰਟੀ ਡਟ ਕੇ ਸਾਰੇ ਕਿਸਾਨਾਂ ਦੇ ਨਾਲ ਖੜ੍ਹੀ ਹੈ, ਇਸ ਦੇਸ਼ ਦੇ ਅੰਨਦਾਤ ਦੇ ਨਾਲ ਖੜ੍ਹੀ ਹੈ, ਔਰ ਉਦੋਂ ਤੱਕ ਖੜ੍ਹਾਂਗੇ ਜਦੋਂ ਤੱਕ ਪਰਿਵਾਰਾਂ ਨਾਲ ਇਨਸਾਫ਼ ਇਹ ਯੋਗੀ ਸਰਕਾਰ, ਮੋਦੀ ਸਰਕਾਰ ਨਹੀਂ ਕਰੇ।